ਉਹ ਜਿਹੜੀਆਂ ਗੱਲਾਂ ਜਾਰੀ ਚ ਤੂੰ ਕਰਦਾ ਏ ਉਹ ਕਦੇ ਬਰਦਾਸ਼ਤ ਨਹੀਂ ਹੁੰਦੀਆਂ ਤੇ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਉਹ ਤਾਂ ਫਿਰ ਜਾਨ ਮੰਗਦੀਆਂ ਛੋਟਿਆ ਜਾਨ ਦੇ ਦੇਗਾ ਗੱਗੂ ਗਿੱਲ ਪੰਜਾਬ ਦਾ ਉਹ ਸ਼ੇਰ ਪੁੱਤ ਜਿਹਦੀਆਂ ਸਿਰਫ ਫਿਲਮਾਂ 'ਚ ਹੀ ਨਹੀਂ ਬਲਕਿ ਅਸਲ ਜ਼ਿੰਦਗੀ ਵਿੱਚ ਵੀ ਗੜਕ ਅਤੇ ਮੜਕ ਸ਼ੇਰਾਂ ਵਰਗੀ ਰਹੀ ਹੈ ਤੇ ਇਸੇ ਮੜਕ ਵਾਲੀ ਚਾਲ ਅਤੇ ਉਹਨਾਂ ਦੀ ਆਵਾਜ਼ ਦੀ ਗੜਕ ਵਾਲੇ ਡਾਇਲੋਗ ਪੰਜਾਬ ਦੇ ਬੱਚੇ ਬੱਚੇ ਦੇ ਜ਼ੁਬਾਨੀ ਨੇ ਓਏ ਅਸੀਂ ਲਾਹੌਰੀਏ ਹੁੰਦੇ ਹਾਂ ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ ਚਲਾਕ ਬੰਦੇ ਦੀ ਅਸੀਂ ਅੱਖ ਪੜ੍ਹ ਲੈਂਦੇ ਹਾਂ ਗੱਗੂ ਗਿੱਲ ਭਾਵੇਂ ਆਪ ਸੋਸ਼ਲ ਮੀਡੀਆ ਦੀ ਬਹੁਤੀ ਵਰਤੋਂ ਨਹੀਂ ਕਰਦੇ ਤੇ ਨਾ ਹੀ ਟਿਕਟੋਕ ਤੇ ਨੇ ਪਰ ਇਹ ਨੌਜਵਾਨ ਟਿਕਟੋਕ ਤੇ ਉਹਨਾਂ ਦੀ ਆਵਾਜ਼ 'ਚ ਵੀਡੀਓ ਪਾ ਗੱਗੂ ਗਿੱਲ ਹੋਰਾਂ ਦੀ ਯਾਦ ਦਿਵਾਉਂਦਾ ਰਹਿੰਦਾ ਹੈ ਓਏ ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ ਤੇ ਸਭਨਾ ਨੂੰ ਇੱਕ ਮੌਕਾ ਦੇਵਾਂਗੇ ਇੱਕ ਸੋਨੇ ਦਾ ਕੋਕਾ ਦੇਵਾਂਗੇ ਤੇ 121 ਰੁਮਾਲ ਕਿਉਂਕਿ ਆਣੂ ਦਿਲ ਵੀ ਦਿਆਂਗੇ ਆ ਨੱਚੀ ਜੋ ਸਾਡੇ ਨਾਲ ਆਣੂ ਦਿਲ ਵੀ ਦਿਆਂਗੇ ਤਾਰਾਪਾਲ ਨਾਂ ਦਾ ਇਹ ਨੌਜਵਾਨ ਗੱਗੂ ਗਿੱਲ ਦੀ ਮਮਿਕਰੀ ਫਨੀ ਅੰਦਾਜ਼ ਚ ਕਰਦਾ ਰਹਿੰਦਾ ਓਏ ਛੋਟਿਆ ਉਹ ਆ ਖੀਰੇ ਮੂਲੀਆਂ ਤਾਂ ਜਵਾਕ ਖਾਂਦੇ ਆ ਤੇ ਲੈਂਸਡ ਓਏ ਲੈਂਸਡ ਤਾਂ ਗੰਡੇ ਖਾਂਦੇ ਆ ਗੰਡੇ ਵੈਸੇ ਤਾਂ ਗੱਗੂ ਗਿੱਲ ਸ਼ੌਂਕੀ ਤੇ ਟੌਰੀ ਮਿਜ਼ਾਜ ਦੇ ਨੇ ਪਰ ਸੋਚੋ ਜੇ ਗੱਗੂ ਗਿੱਲ ਨੇ ਅਚਾਰ ਵੇਚਣਾ ਹੋਵੇ ਤਾਂ ਕਿਵੇਂ ਵੇਚਣਗੇ ਸੁਣੋ ਅੰਬ ਦਾ ਚਾਰ ਨਿੰਬੂ ਦਾ ਚਾਰ ਗਾਜਰ ਦਾ ਚਾਰ ਤੇ ਗੋਭੀ ਦਾ ਚਾਰ ਇਹ ਚਾਰ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਨੇ ਗੁਲਾਬੋ ਤੇ ਕਿਸੇ ਟਾਈਮ ਸਬਜ਼ੀ ਨਾ ਹੋਵੇ ਤੇ ਤੂੰ ਚਾਰ ਦਾ ਆਨੰਦ ਮਾਣ ਸਕਨੀ ਹੈ ਉਹ ਚਾਰ ਵਾਲਾ ਮੁੰਡਾ ਤੁਹਾਡੀ ਪਿਛਲੀ ਗਲੀ ਵਿੱਚ ਆਪਣਾ ਫੀਟਰੇੜਾ ਲਈ ਖੜਾ ਹੈ ਮੈਂ ਤੈਨੂੰ ਇੱਕ ਵਾਰੀ ਫੇਰ ਦੱਸਣਾ ਹੈ ਸਾਡੇ ਕੋਲ ਤੈਨੂੰ ਅੰਬ ਦਾ ਚਾਰ ਗਾਜਰ ਦਾ ਚਾਰ ਗੋਭੀ ਦਾ ਚਾਰ ਤੇ ਨਿੰਬੂ ਦਾ ਚਾਰ ਮਿਲੂਗਾ ਓਏ ਅਸੀਂ ਡੇਲੇ ਵੀ ਰੱਖਦੇ ਹਾਂ ਤੇ ਕਰੇਲੇ ਵੀ ਰੱਖਦੇ ਹਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੱਖ ਵੱਖ ਤਰ੍ਹਾਂ ਦਾ ਟੈਲੈਂਟ ਤੁਹਾਡੇ ਸਾਹਮਣੇ ਲਿਆਉਂਦੇ ਰਹੀਏ ਜਿੱਦੇ ਬਦਮਾਸ਼ੀ ਕੀਤੀ ਤੇ ਹਿੱਕ ਦੇ ਯੋਰ ਤੇ ਕਰਾਂਗੇ ਉਹ ਦੂਜਿਆਂ ਦੇ ਮੋਢਿਆਂ ਤੇ ਰਫਲਾਂ ਤਰ ਕੇ ਘੋੜੇ ਦੱਬਣ ਵਾਲੇ ਜੱਟ ਨਹੀਂ ਅਸੀਂ ਟੁੱਟਿਆ ਪੁਰਾਣਾ ਕੰਚ ਵੇਚ ਲੈ ਬੋਰੀਆਂ ਵੇਚ ਲੈ ਗੱਟਾ ਵੇਚ ਲੈ ਪੱਟ ਪੁਰਾਣੇ ਟਾਇਰ ਟੂਪ ਚੱਪਲਾਂ ਲਿਆ ਤੇਰੀ ਗਲੀ ਦੇ ਵਿੱਚ ਕਵਾੜੀਆ ਆ ਚੁੱਕਿਆ ਏ ਗੁਲਾਬੋ ਇਹ ਦੇਖ ਜੇ ਹੋਏ ਸਿਰ ਨੂੰ ਤੱਕ ਕੇ ਸਮਝ ਲੈ ਸ਼ੇਰੂ ਤੇਰੇ ਤੇ ਲਾਜੋ ਵਿਚਕਾਰ ਸਿਕੰਦਰ ਬਾਦਸ਼ਾਹ ਖੜਾ ਏ ਐਂਟਰਟੇਨਮੈਂਟ ਦੀਆਂ ਵਧੇਰੇ ਖਬਰਾਂ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਚਸਕਾ ਟੀਵੀ।